की नाम है जी तुहाडा? मेरा नाम ओनू है जी। जिहड़ा अज कैंडल मार्च कढ रहे हो, इह की कारण है? 12 तरीक दी साडी बेटी दी डैथ होई पई है जी, कोई पुलिस प्रशासन सुनाई नहीं कर रही है, इसे करके कैंडल मार्च कढ़िया गया है। किवें डैथ होई सी कुड़ी दी? डैथ होई सी जी गोली लग के। साडी कोई दुश्मन नहीं सी जी सर, गुआंढी दा जवाई सी, उन्हां दी दुश्मनी चल रही सी, उन्हां दी लड़ाई सी। बाकी मेरी वाइफ नूं पता, मैं तां घरे सीगा नहीं, मैं तां काम ते सी। बाकी इन्हां तों पुछ लो की नाम सी कुड़ी दा? कुड़ी दा नाम वैष्णो सी, उवें घरे खुशी कहिंदे सीगे जी। ਮੇਰਾ ਵਿਨੋਦ ਕੁਮਾਰ ਜੀ। ਵਿਨੋਦ ਕੁਮਾਰ, ਰਾਤ ਨੂੰ ਕੀ ਹੋਇਆ ਜਿਹੜੀ ਗੋਲੀ ਚੱਲੀ ਹੈ? ਇੱਥੇ ਹੀ ਨਾਲ ਗੁਆਂਢ ਹੈਗਾ ਘਰ ਇਹਨਾਂ ਦਾ, ਇਹਨਾਂ ਦੇ ਕੋਈ ਜਵਾਈ ਵਾਲ ਟੋਲੀ ਦਾ ਹੈਗਾ, ਉਹ ਵਿਆਹ ਹੈ ਉਹਦੀ, ਕੋਈ ਲੜਾਈ ਦੁਸ਼ਮਣੀ ਹੋਣੀ। ਇੱਥੇ ਬੈਠੇ ਉਹਨਾਂ ਘਰੇ ਆਏ ਸੀਗੇ, ਪਹਿਲਾਂ ਮੁੰਡਾ ਨੇ 3-4 ਹਵਾਈ ਫਾਇਰ ਕੀਤੇ ਉਹਨਾਂ ਨੇ, ਅਤੇ ਮਾਂ ਧੀ ਕੁੜੀ ਵਿਚਾਰੀ ਬਾਹਰ ਬੈਠੇ ਜੀ, ਉਹ ਕੁੜੀ ਬਾਹਰ ਨੂੰ ਆਈ, ਜਿਵੇਂ ਨਿਕਲ ਗਏ ਨਾਲ ਹੀ ਉਹਦੇ ਗੋਲੀ ਵੱਜੀ ਜੀ। ਇਹ ਬੇਚਾਰੇ ਨਜਾਇਜ਼ ਹੋਈ ਹੈ, ਇਹਨਾਂ ਨਾਲ ਗਰੀਬ ਪਿਓ ਵਿਚਾਰਾ ਦਿਹਾੜੀ ਕਰਦਾ, ਹਲਵਾਈ ਦਾ ਕੰਮ ਕਰਦਾ, ਕਿਸੇ ਹੋਰ ਨੂੰ ਆਇਆ ਸੀ, ਮਾਰਨ ਕਿਸੇ ਹੋਰ ਨੂੰ ਆਏ ਸੀਗੇ, ਲੱਗ ਕੁੜੀ ਹੋਰ ਨੂੰ ਗੋਲੀ ਗਈ। ਹਾਂਜੀ, ਕੁੜੀ ਦੀ ਮੌਤ ਹੋ ਗਈ ਤੇ ਹੋ ਗਈ, ਰਾਤੀ ਲੈ ਗਏ, ਕਾਰਵਾਈ ਕੀਤੀ ਹੈ? ਉੱਥੇ ਪੁਲਿਸ ਗਏ ਸੀ ਥਾਣੇ, ਅਜੇ ਵੀ ਗਏ ਸੀਗੇ, ਉਹਨੇ ਗੱਲ ਨਹੀਂ ਸੁਣੀ, ਕੋਈ ਇੱਥੇ ਆਇਆ ਨਹੀਂ। ਅਤੇ ਸੀ ਐੱਸ ਸਟਾਫ ਦੇ ਆਪਣੇ ਐੱਸ ਐੱਚ ਓ ਸਾਹਿਬ ਆਏ ਸੀਗੇ, ਉਹ ਵੀ ਆ ਕੇ ਦੇਖ ਕੇ ਚਲੇ, ਕਹਿੰਦੇ ਸੀ ਕਾਰਵਾਈ ਪੂਰੀ ਕਰਾਂਗੇ। ਸਵਾਲ ਐਡਾ ਵੱਡਾ, ਮਰਡਰ ਹੋ ਜਾਵੇ ਪੁਲਿਸ ਨਾ ਆਵੇ? ਨਹੀਂ ਆਈ, ਤੁਹਾਡੇ ਸਾਹਮਣੇ ਆਈ, ਅਸੀਂ ਸਵੇਰ ਦੀ ਇੱਥੇ ਬੈਠੇ ਹਾਂ, ਕੈਂਟ ਥਾਣੇ ਦਾ ਕੋਈ ਵੀ ਨਹੀਂ ਆਇਆ, ਸੱਚੋ ਵੀ ਨਹੀਂ ਆਇਆ, ਆਪ ਨਹੀਂ ਆਇਆ, ਬੱਚੇ ਕੋਈ ਅਭੀ ਤੱਕ ਕੁਛ ਨਹੀਂ ਆਇਆ, ਬਾਹਰ ਇੱਕ ਬੱਚੇ ਨਾਲ ਹੋਇਆ। ਜਵਾਨ 10-12 ਸਾਲ ਦੀ ਕੁੜੀ ਚਲੀ ਗਈ, ਕੀ ਕਰਨਗੇ ਉਹ? ਜਿੰਨਾ ਜਵਾਨ ਪੁੱਤ ਚਲਾ ਗਿਆ, ਸਰਕਾਰ ਕੀ ਕਰੂਗੀ? 12-13 ਸਾਲ ਦੀ ਉਮਰ ਹੈ ਕੁੜੀ ਦੀ। ਕੀ ਨਾਮ ਹੈ ਜੀ ਤੁਹਾਡਾ? ਕੰਮ ਨਹੀਂ ਹੈ ਮੇਰਾ ਨਾਮ। ਜਿਹੜੇ ਅੱਜ ਕੈਂਡਲ ਮਾਰਚ ਕੱਢਿਆ, ਇਹ ਕਿਉਂ ਕੱਢਿਆ ਤੁਸੀਂ, ਕਿਸ ਕਾਰਨ ਕੱਢਿਆ? ਕੁੜੀ ਕੋ ਆਪਣੀ ਬੇਟੀ ਕੋ ਇਨਸਾਫ ਦਿਲਾਣੇ ਕੇ ਲੀਏ ਕੈਂਡਲ ਮਾਰਚ ਕੱਢਿਆ, ਕਿਉਂਕਿ 12 ਤਰੀਕ ਕੀ ਉਸਕੀ ਹੱਤਿਆ ਹੋਈ ਹੈ ਗੋਲੀ ਨਾਲ, ਅਤੇ ਅੱਜ ਕਿੰਨੀ ਤਰੀਕ ਹੋ ਗਈ ਹੈ, 20 ਤਰੀਕ ਹੋ ਗਈ, ਉਹਨਾਂ ਤੋਂ ਸੁਣਵਾਈ ਨਹੀਂ ਕੀਤੀ ਗਈ ਪੁਲਿਸ ਨੇ। ਕਿਵੇਂ ਗੋਲੀ ਲੱਗੀ ਸੀ, ਕੀ ਕਾਰਨ? ਉਹਨਾਂ ਸਾਥ ਵਾਲੋਂ ਕੀ ਲੜਾਈ ਸੀ, ਉਸਕੇ ਦੀ ਜਵਾਈ ਆਏ ਤੇ ਸਾਥ ਵਾਲੋਂ ਕੀ ਲੜਾਈ ਸੀ, ਤੋ ਉਹਨਾਂ ਕਿਸੇ ਕੋ ਪਤਾ ਹੀ ਨਹੀਂ ਚਲਾ ਕਿ 2 ਗੋਲੀਆਂ ਉੱਪਰ ਫਾਰੇਂਗੇ, ਮੈਨੇ ਸੋਚਿਆ ਪਟਾਕੇ ਚਲੇ ਆ। ਔਰ ਤੀਸਰੀ ਗੋਲੀ ਮੇਰੀ ਲੜਕੀ ਕੋ ਲੱਗੀ, ਹਮੇ ਤਬ ਵੀ ਨਹੀਂ ਪਤਾ ਥਾ ਕਿ ਉਸਕੋ ਗੋਲੀ ਲੱਗੀ, ਹਮਨੇ ਸੋਚਿਆ ਕਿ ਉਸਕੀ ਨਕਸਲੀ ਫੂਟ ਗਈ ਹੈ। ਉਸਕੇ ਸਾਥ ਲੜਕੇ ਜਵਾਈ ਕਾ ਭਾਈ ਥਾ, ਵੋ ਬੈਠ ਗਿਆ ਨੀਚੇ, ਔਰ ਗੋਲੀ ਮੇਰੀ ਲੜਕੀ ਕੋ ਲੱਗੀ ਆ ਕੇ। ਕੀ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੰਪਲੇਂਟ ਕੀਤੀ ਸੀਗੀ? ਹਾਂਜੀ, ਕੀ ਥੀ ਹਮਨੇ ਬਾਤ। ਕੀ ਕਹਿੰਦੇ ਆ ਉਹ? ਉਹ ਸੁਣਵਾਈ ਨਹੀਂ ਕਰ ਰਹੇ, ਅੱਗੇ ਦਿਨ ਉਨਕੇ ਮਾਵੋ ਕੋ ਲੈ ਕੇ ਆਏ ਤੇ ਉਨਕੋ ਵੀ ਛੋੜ ਦਿਆ। ਤੇ ਹੁਣ ਕੀ ਮੰਗ ਕਰਦੇ ਤੁਸੀਂ? ਹਮੇ ਇਨਸਾਫ ਚਾਹੀਏ, ਹਮ ਤੋ ਕਹਤੇ ਉਨਕੋ ਫਾਂਸੀ ਦੇ। ਕੀ ਨਾਮ ਸੀ ਕੁੜੀ ਦਾ? ਮੋਨੂ ਪੁੱਤਰ ਗਿਆਨ ਚੰਦ ਵਾਸੀ ਬਾਜ਼ਾਰ ਨੰਬਰ 1 ਫਿਰੋਜ਼ਪੁਰ ਕੈਂਟ ਨੇ ਬਿਆਨ ਦਿੱਤਾ ਅੱਜ ਵੀ ਰਾਤ 10:30-11 ਵਜੇ ਉਹ ਰੋਟੀ ਪਾਣੀ ਖਾ ਪੀ ਕੇ ਸੌਣ ਦੀ ਤਿਆਰੀ ਕਰ ਰਹੇ ਸੀ ਤਾਂ ਹਰਸ਼ ਅਤੇ ਦੇਵ ਪਤਨੀ ਈਸ਼ਾ ਦੇ ਪਿੱਛੇ ਕਰਨੇ ਮੰਜੇ ਮੋਹਿਤ ਪੁੱਤਰ ਵਿਨੋਦ ਅਤੇ ਚੰਦੂ ਵਾਸੀਆਂ ਘੁਮਾਰ ਮੰਡੀ ਫਿਰੋਜ਼ਪੁਰ ਕੈਂਟ ਦੇ 3-4 ਹੋਰ ਅਣਪਛਾਤੇ ਵਿਅਕਤੀ ਮੋਟਰਸਾਈਕਲਾਂ ਦੇ ਪਿੱਛੇ ਉਹਨਾਂ ਦੇ ਆਏ। ਜਦੋਂ ਉਹ ਮੋਨੂ ਦੇ ਘਰ ਦੇ ਬਰਾਬਰ ਪੁੱਜੇ ਤਾਂ ਕਰਨ ਐਮਜੇ ਨੇ ਹਰਸ਼ 'ਤੇ ਮਾਰ ਦੇਣ ਦੀ ਨੀਤ ਨਾਲ ਫਾਇਰ ਕੀਤਾ, ਜੋ ਹਰਸ਼ 'ਚਾਂ ਬਚ ਗਿਆ, ਪਰ ਇਹ ਫਾਇਰ ਮੋਨੂ ਦੀ ਲੜਕੀ ਵੈਸ਼ਨੂ ਖੁਸ਼ੀ ਦੇ ਸੱਜੇ ਪਾਸੇ ਛਾਤੀ 'ਤੇ ਲੱਗਾ, ਜਿਹਦੀ ਹਸਪਤਾਲ 'ਤੇ ਜਾਂਦੇ ਸਮੇਂ ਮੌਤ ਹੋ ਗਈ। ਅਗਲੀ ਮੁਕੱਦਮਾ ਨੰਬਰ 96 ਮਿਤੀ 13/8/2022 ਅੰਡਰ ਸੈਕਸ਼ਨ 2-302 ਅਸਲਾ ਐਕਟ ਆਰਮੀ ਅਤੇ ਬਾਬਾ ਖਿਲਾਫ ਕਰਨ ਐਮਜਨ ਦੇ ਦਰਜ ਰਜਿਸਟਰ ਕੀਤਾ ਗਿਆ। ਕਿੰਨਾ ਦਾ ਜਣਾ ਕਰਤਾ? 3 ਜਣਿਆਂ ਦੇ ਖਿਲਾਫ ਇਹ ਮੁਕੱਦਮਾ ਦਰਜ ਕੀਤਾ ਗਿਆ। ਬਾਈ ਨੇ ਫੜੇ ਗਏ ਸਰ? ਨਹੀਂ, ਦੋਸ਼ੀਆਂ ਦੇ ਫੜਨ ਦੇ ਲਈ ਪੁਲਿਸ ਪਾਰਟੀਆਂ ਰਵਾਨਾ ਕੀਤੀਆਂ ਸਵੇਰ ਦੀਆਂ। Subscribe to our YouTube channel News DNN by clicking the bell icon. Don't forget to like, comment and share.